चार जवान उहदे नाल दे ड्यूटी वाले उहनूं माइंडली तौर ते बहुत ज़्यादा डिस्टर्ब कर रहे सी। क्यों? वह जाति पात नूं लै के बहुत ही ज़्यादा यानी कि माइंडली टेंशन दे रखा सी। ਕਹਿੰਦਾ ਰਾਣੀ ਮਗਰ ਰਾਤ ਕਹਿੰਦਾ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ। ਕਹਿੰਦਾ ਮੈਂ ਕਿਹਾ ਕਾਹਤੋਂ ਮਾਰ ਦੇਣਾ ਸੀ? ਕਹਿੰਦਾ ਸਾਰੀ ਰਾਤ ਕਹਿੰਦਾ ਮੇਰੇ ਪਿੱਛੇ ਪਿੱਛੇ ਫਿਰੀ ਗਏ। ਕਹਿੰਦਾ ਕਹਿੰਦਾ ਨੌ ਰੀਫ ਕਹਿੰਦਾ ਉਹਨਾਂ ਨੇ ਮੈਨੂੰ ਨੌ ਲਗਾਏ ਨੇ, ਉਹਨਾਂ ਨੇ ਮੈਨੂੰ ਸਾਰਿਆਂ ਦੇ ਉਹਨਾਂ ਨੇ ਸਾਰਿਆਂ ਦੇ ਨੌ ਲਗਾਏ ਨੇ ਮੈਨੂੰ। ਉਹ ਕਹਿੰਦਾ ਮੈਨੂੰ ਤੰਗ ਕਰ ਰਹੇ ਨੇ ਇਹ 2-3 ਮਹੀਨਿਆਂ ਦੇ, ਵੀ ਹੁਣ ਤਾਂ ਜ਼ਿਆਦਾ ਤੰਗ ਕਰਦੇ ਨੇ, ਹੁਣ ਬੇਹਿਸਾਬ ਹੈ। ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ TV। ਗੱਲ ਕਰਦੇ ਹਾਂ ਡਿਸਟ੍ਰਿਕਟ ਸੰਗਰੂਰ ਦੀ। ਦੋਸਤੋ, ਰਿਟਾਇਰ ਫੌਜੀ ਦੀ ਮੌਤ ਤੋਂ ਬਾਅਦ ਫੌਜੀ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਆਡੀਓ ਜਾਰੀ ਕੀਤਾ ਹੈ ਔਰ ਉਸ ਆਡੀਓ ਦੇ ਵਿੱਚ ਚਾਰ ਫੌਜੀਆਂ ਦੇ ਉੱਪਰ ਲੱਗ ਰਹੇ ਨੇ ਗੰਭੀਰ ਇਲਜ਼ਾਮ। ਕਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਸੰਗਰੂਰ ਤੋਂ ਗੁਲਜ਼ਾਰ ਮੱਲੀ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਮੱਲੀ ਸਾਹਿਬ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਸਹੋਤਾ ਜੀ, ਇਹ ਭਵਾਨੀਗੜ੍ਹ ਦਾ ਜੋ ਬਲਜੀਤ ਸਿੰਘ ਨਾਮ ਦਾ ਰਿਟਾਇਰ ਫੌਜੀ ਸੀ, ਦਿੱਲੀ ਜਿਹੜੀ ਡਿਊਟੀ ਸੀ ਇਹਦੀ, ਲੇਕਿਨ ਇਸ ਦੀ ਜਿਹੜੀ ਮੌਤ ਭੇਦ ਭਰੇ ਹਾਲਾਤਾਂ ਚ ਹੋਈ ਕੁਛ ਪਤਾ ਨੀ ਚੱਲ ਰਿਹਾ, ਲੇਕਿਨ ਹੁਣ ਪਰਿਵਾਰ ਵੱਲੋਂ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਕਿ ਜਿਸ ਵਿੱਚ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਕਿ ਜਿਹੜੇ ਇਸ ਦੇ ਨਾਲ ਚਾਰ ਸਾਥੀ ਫੌਜੀ ਸੀ ਉਹ ਇਸ ਨੂੰ ਮਤਲਬ ਮਾਨਸਿਕ ਤੌਰ ਤੇ ਟੋਰਚਰ ਕਰਦੇ ਸੀ ਕਿਉਂਕਿ ਇਹ ਇੱਕ ਗਰੀਬ ਜਾਤੀ ਨਾਲ ਸੰਬੰਧਿਤ ਸੀ ਤੇ ਉਹ ਉਸ ਕਰਕੇ ਇਸ ਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ, ਜਿਸ ਤੋਂ ਤੰਗ ਆ ਕੇ ਇਸ ਨੇ ਮਤਲਬ ਇਹ ਆਤਮ ਹੱਤਿਆ ਕੀਤੀ ਜੀ। ਅੱਛਾ, ਇਹ ਆਤਮ ਹੱਤਿਆ ਕੀਤੀ ਹੈ ਜਾਂ ਮਤਲਬ ਅਚਾਨਕ ਮੌਤ ਹੋਈ ਹੈ? ਸੁਣਨ ਚ ਤਾਂ ਇਹੀ ਹੈ ਸੋਤਾ ਜੀ ਕਿ ਉਹ ਜਦੋਂ ਮਾਨਸਿਕ ਤੌਰ ਤੇ ਉਹਨੂੰ ਟੋਰਚਰ ਇੰਨਾ ਜ਼ਿਆਦਾ ਕੀਤਾ ਕਿ ਕਿਉਂਕਿ ਉਸਨੂੰ ਅਪਸ਼ਬਦ ਬੋਲੇ ਗਏ ਜਾਂ ਉਸਨੂੰ ਕੁਛ ਵੀ ਕਿਹਾ ਗਿਆ ਕਿਉਂਕਿ ਉਹ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸੀ, ਉਹ ਉਸੇ ਤੋਂ ਤੰਗ ਪਰੇਸ਼ਾਨ ਹੋ ਕੇ ਫੌਜੀ ਵੱਲੋਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਜੀ। ਲੇਕਿਨ ਮੱਲੀ ਸਾਹਿਬ, ਦੂਸਰੇ ਜੇ ਆਪਾਂ ਪੱਖ ਦੀ ਗੱਲ ਕਰੀਏ ਤੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ, ਕੀ ਉਹ ਪੰਜਾਬ ਦੇ ਨਾਲ ਸੰਬੰਧਿਤ ਨੇ ਜਾਂ ਅਦਰ ਸਟੇਟਸ ਤੋਂ ਨੇ? ਨਹੀਂ ਸਰ, ਉਹ ਜਿਹੜੇ ਨੇ ਉਹ ਹੋਰ ਸਟੇਟ ਦੇ ਨਾਲ ਸੰਬੰਧ ਰੱਖਦੇ ਨੇ, ਲੇਕਿਨ ਡਿਊਟੀ ਤੇ ਉਹ ਇਕੱਠੀ ਨਾਲ ਸੀ ਇਹਨਾਂ ਦੇ ਜਿੱਥੇ ਇਹ ਕੰਮ ਕਰ ਰਹੇ ਸੀ ਜੀ। ਔਰ ਇਸ ਸੰਬੰਧ ਵਿੱਚ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਕੋਈ? ਜੀ, ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਹੋਈ, ਲੇਕਿਨ ਉਹਨਾਂ ਨੇ ਇਹੀ ਇਲਜ਼ਾਮ ਲਗਾਏ ਨੇ ਕਿ ਇਹ ਜਿਹੜਾ ਇਹ ਸਾਡਾ ਬਲਜੀਤ ਸਿੰਘ ਨਾਮ ਦਾ ਫੌਜੀ ਹੈ ਇਸਨੇ ਆਪ ਨਹੀਂ, ਹੋ ਸਕਦਾ ਉਹਨਾਂ ਚਾਰਾਂ ਫੌਜੀਆਂ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਹੀ ਇਸ ਦੀ ਹੱਤਿਆ ਕੀਤੀ ਹੈ ਜੀ। ਸੋ ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਤੁਸੀਂ ਜਾਣਕਾਰੀ ਦਿੱਤੀ ਔਰ ਇਸ ਸੰਬੰਧ ਵਿੱਚ ਪਰਿਵਾਰਕ ਮੈਂਬਰਾਂ ਨਾਲ ਔਰ ਆਡੀਓ ਵੀ ਤੁਹਾਨੂੰ ਸੁਣਾਉਣਾ ਚਾਹੁੰਦੇ ਹਾਂ। ਜਿਸ ਆਡੀਓ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ, ਇੱਕ ਮਤਲਬ ਕਹਿ ਸਕਦੇ ਹਾਂ ਕਿ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਸ ਫੌਜੀ ਨੂੰ ਕਿਤੇ ਨਾ ਕਿਤੇ ਉਹ ਜਿਹੜੇ ਜਾਤੀ ਸੂਚਕ ਸ਼ਬਦਾਂ ਦੇ ਨਾਲ ਸੰਬੋਧਿਤ ਕਰਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਇਹ ਕਦਮ ਚੁੱਕਿਆ ਹੈ। ਦਰਅਸਲ ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਮੈਂ ਬਲਜੀਤ ਸਿੰਘ ਨੰਬਰ 4474759 ਸਪਾਈ ਬਲਜੀਤ ਸਿੰਘ DSC ਪਲਟੂਨ 699। ਇਸ ਟਾਈਮ ਮੈਂ ਪੋਸਟ ਗਾਰਡ ਵਿੱਚ ਡਿਊਟੀ ਕਰ ਰਿਹਾ ਹਾਂ। ਮੇਰਾ ਗਾਰਡ ਕਮਾਂਡਰ ਨਾਇਕ ਰਮੇਸ਼ ਹੈ। ਮੇਰੇ ਨਾਲ 5 ਜਵਾਨ ਹਨ, 6 ਜਵਾਨ ਹਨ, 8 ਜਵਾਨ ਹਾਂ ਅਸੀਂ। ਇਹਨਾਂ ਵਿੱਚੋਂ ਲੈਸਨਿਕ ਰਣਜੀਤ, TK ਨਾਥ, ਦਰਮਿਆਨ ਸਿੰਘ, ਲੈਸਨਿਕ ਜਾਦੋ ਜੋ ਕਿ ਮੇਰੇ ਨਾਲ ਜ਼ਿਆਦਤੀ ਕਰ ਰਹੇ ਹਨ, ਕਦੇ ਕੁਛ ਕਰਦੇ ਹਨ, ਕਦੇ ਕੁਛ ਕਰਦੇ ਹਨ। ਅਗਰ ਮੇਰੇ ਹੱਥ ਵਿੱਚੋਂ ਮੇਰੇ ਤੋਂ ਕੋਈ ਗੁਨਾਹ ਹੋ ਜਾਂਦਾ ਜਾਂ ਮੈਂ ਆਪਣੇ ਆਪ ਤੋਂ ਕੋਈ ਗੁਨਾਹ ਕਰ ਲੈਂਦਾ, ਇਹ ਬੰਦੇ ਜ਼ਿੰਮੇਵਾਰ ਹਨ। ਇਹ ਮਿਤੀ ਮੈਂ 25 ਤਰੀਕ ਨੂੰ 9:01 ਦੇ ਉੱਤੇ ਕਰ ਰਿਹਾ ਹਾਂ। ਬਾਕੀ ਸਦਾ ਕੋਈ ਵੀ ਬਾਕੀ ਬੰਦਾ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ, ਬਲਜੀਤ ਸਿੰਘ DSC 'ਚ। ਤੁਸੀਂ ਕੀ ਕਰਦੇ? ਮੈਂ ਐਕਸ ਸੂਬੇਦਾਰ ਆਰਮੀ 'ਚੋਂ ਰਿਟਾਇਰਮੈਂਟ ਹਾਂ ਜੀ, ਅਤੇ ਬਲਜੀਤ ਸਿੰਘ ਮੇਰਾ ਸਾਲਾ ਸੀ ਅਤੇ ਉਹਨਾਂ ਨੇ ਆਪਣੀ ਵਾਈਫ ਨੂੰ ਫੋਨ ਕਰਿਆ। ਉਹ ਕੀ ਕਰਦੇ ਸੀ ਬਲਜੀਤ ਸਿੰਘ? ਬਲਜੀਤ ਸਿੰਘ DSC 'ਚ ਨੌਕਰੀ ਕਰਦੇ ਸੀ, ਜਿਨ੍ਹਾਂ ਦੀ ਦਿੱਲੀ 'ਚ
ਜਿਹਨਾਂ ਦੀ ਡਿਊਟੀ ਇੰਡੀਆ ਗੇਟ 'ਤੇ ਸੀ ਅਤੇ ਫਿਰ ਉਹ 30 ਤਰੀਕ ਨੂੰ ਉਹਨਾਂ ਨੂੰ ਪੋਸਟਡ ਕਰ ਦਿੱਤਾ ਗਿਆ ਪੋਸਟ 'ਤੇ ਅਤੇ ਚਾਰ ਜਵਾਨ ਉਹਦੇ ਨਾਲ ਦੇ ਡਿਊਟੀ ਵਾਲੇ ਉਹਨੂੰ ਮਾਇੰਡਲੀ ਤੌਰ 'ਤੇ ਬਹੁਤ ਜ਼ਿਆਦਾ ਡਿਸਟਰਬ ਕਰ ਰਹੇ ਸੀ। ਕਿਉਂ? ਉਹ ਜਾਤੀ ਪਾਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਯਾਨੀ ਕਿ ਮਾਇੰਡਲੀ ਟੈਂਸ਼ਨ ਦੇ ਰੱਖਿਆ ਸੀ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: TS ਨਾਥ, ਰਣਜੀਤ ਸਿੰਘ, ਨਰੇਸ਼ ਕੁਮਾਰ, ਉਮੇਸ਼ ਯਾਦਵ। ਕਿਉਂਕਿ ਮੇਰੇ ਸਾਲੇ ਨੇ ਆਪਣੇ ਘਰ ਫੋਨ ਕਰਿਆ ਸੀ, ਆਪਣੀ ਵਾਈਫ ਨੂੰ ਫੋਨ ਕੀਤਾ, ਜਿਸ ਦੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ, ਜਿਸ ਵਿੱਚ ਬਿਆਨ ਦੇ ਰਿਹਾ ਉਹ ਕਿ ਮੈਨੂੰ ਇਹ ਚਾਰ ਜਵਾਨ ਬਹੁਤ ਹੀ ਜ਼ਿਆਦਾ ਤੰਗ ਕਰ ਰਹੇ ਨੇ, ਜੇ ਕੋਈ ਵੀ ਘਟਨਾ ਵਾਪਰਦੀ ਆ ਤਾਂ ਇਸ ਘਟਨਾ ਦੀ ਜ਼ਿੰਮੇਵਾਰ ਇਹ ਚਾਰੋ ਜਵਾਨ ਹੋਣਗੇ। ਫਿਰ ਅਸੀਂ ਫੋਨ ਆਇਆ ਸਾਡੇ ਕੋਲ ਕੱਲ੍ਹ ਮੋਰਨਿੰਗ ਟਾਈਮ 'ਤੇ, ਫੋਨ ਆਉਣ ਤੋਂ ਬਾਅਦ ਮੈਂ ਉਹਨਾਂ ਦੇ ਕੰਪਨੀ ਕਮਾਂਡਰ ਸਾਹਿਬ ਨਾਲ ਗੱਲ ਕਰੀ ਅਤੇ ਮੈਨੇ ਉਹਨਾਂ ਨੂੰ ਪੁੱਛਿਆ ਬਈ ਬਲਜੀਤ ਸਿੰਘ ਦੀ ਕੰਡੀਸ਼ਨ ਕੀ ਹੈ। ਉਹ ਕਹਿੰਦੇ ਜੀ ਉਹ ਤਾਂ ਡੈਥ ਹੋ ਗਈ ਉਹਨਾਂ ਦੀ। ਮੈਂ ਰੀਜ਼ਨ, ਉਹਨਾਂ ਨੇ ਕੋਈ ਰੀਜ਼ਨ ਦਾ ਜਵਾਬ ਦਿੱਤਾ। ਮੈਂ ਕਾਰਨ, ਕਹਿੰਦੇ ਅਟੈਕ ਹੋਇਆ ਜੀ ਉਹਨੂੰ। ਮੈਂ ਜੀ ਅਟੈਕ ਹੋਇਆ ਤਾਂ ਉਦੋਂ ਪਹਿਲਾਂ ਤੁਸੀਂ ਉਹਨੂੰ ਹੋਸਪਿਟਲ ਐਡਮਿਟ ਕਿਉਂ ਨਹੀਂ ਕਰਿਆ? ਜੇ ਐਡਮਿਟ ਕਰਿਆ ਤਾਂ ਸਾਡੇ ਕੋਲ ਕਾਲ ਕਿਉਂ ਨਹੀਂ ਆਇਆ? ਜਦੋਂ ਵੀ ਕੋਈ ਆਰਮੀ ਪਰਸਨਲ ਐਡਮਿਟ ਹੁੰਦਾ ਪਹਿਲਾਂ ਉਹਦੀ ਵਾਈਫ ਨੂੰ ਤੁਰੰਤ ਕਾਲ ਕਰਿਆ ਜਾਂਦਾ ਗਾ ਬਈ ਤੁਹਾਡਾ ਇਹ ਨਾਮ ਦਾ ਮਰੀਜ਼ ਸਾਡੇ ਕੋਲ ਐਡਮਿਟ ਹੋ ਗਿਆ ਹੈ। ਉਹਦੀ ਕੰਡੀਸ਼ਨ ਦੀ ਰਿਪੋਰਟ ਮਿਲਦੀ ਰਹਿੰਦੀ ਆ, ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਸਿਰਫ ਸਾਡੇ ਕੋਲ ਇੰਨਾ ਮੈਸੇਜ ਆਇਆ ਕਿ ਉਹਨਾਂ ਦੀ ਡੈਥ ਹੋ ਗਈ, ਅਟੈਕ ਹੋ ਗਿਆ ਉਹਨਾਂ ਨੂੰ। ਲੇਕਿਨ ਸਾਨੂੰ ਡਾਊਟ ਆ, ਸਾਨੂੰ ਸ਼ੱਕ ਆ ਜੋ, ਕਿਉਂਕਿ ਮੇਰੇ ਸਾਲੇ ਨੂੰ ਉਹਨਾਂ ਚਾਰ ਜਵਾਨਾਂ ਨੇ ਗਲਾ ਘੋਟ ਕੇ ਮਾਰਿਆ। ਸਾਨੂੰ ਇਸ ਚੀਜ਼ ਦਾ, ਅਸੀਂ ਫਿਰ ਕੱਲ੍ਹ ਦਿੱਲੀ ਗਏ, ਦਿੱਲੀ ਜਾ ਕੇ ਅਸੀਂ ਨੇ ਸਾਨੂੰ ਕੋਈ ਵੀ ਉਹਦੀ ਯੂਨਿਟ ਦਾ ਅਫਸਰ ਨਹੀਂ ਮਿਲਿਆ। ਜਦੋਂ ਕਿ ਪੋਸਟਮਾਰਟਮ ਦੇ ਦੌਰਾਨ ਆਰਮੀ ਦਾ ਔਰਡਰ ਆ, ਪਰ ਅਫਸਰ ਪ੍ਰਜੈਂਟ ਹੋਣਾ ਚਾਹੀਦਾ, ਨਾ ਹੀ ਕੋਈ GCO ਆਇਆ, ਜਿਸ ਕਰਕੇ ਸਾਨੂੰ ਪੂਰਾ ਡਾਊਟ ਹੋ ਰਿਹਾ ਕਿ ਇਹ ਮਿਲ ਜੁਲ ਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਾ। ਅਸੀਂ ਫਿਰ ਦਿੱਲੀ ਪੁਲਿਸ 'ਤੇ ਜਾ ਕੇ ਕੰਪਲੇਂਟ, ਉਹਦੀ ਵਾਈਫ ਵੱਲੋਂ ਕੰਪਲੇਂਟ ਕਰਕੇ ਆਏ ਹਾਂ। ਉਹ ਕਹਿੰਦੇ ਤੁਹਾਨੂੰ ਔਨਲਾਈਨ ਕੰਪਲੇਂਟ ਆਗੀ, 2-4 ਦਿਨ ਬਾਅਦ ਤੁਹਾਨੂੰ ਫੀਡਬੈਕ ਮਿਲੂਗੀ ਜ਼ਰੂਰ, ਜੋ ਸਹੀ ਕਾਰਵਾਈ ਹੋਊਗੀ, ਜੋ ਵੀ ਹੋਊਗਾ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ। ਮੰਗ ਪ੍ਰਸ਼ਾਸਨ 'ਚ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਵੀਰ ਕੌਰ ਜੀ ਮੇਰਾ ਨਾਮ ਆ। ਕੀ ਘਟਨਾ ਵਾਪਰੀ ਹੈ? ਮੇਰੇ ਨਾਲ ਘਟਨਾ ਜੀ, ਉਹਦੇ ਨਾਲ 4-5 ਮੁੰਡੇ ਜਿਹੜੇ ਉੱਥੇ ਡਿਊਟੀ 'ਤੇ ਸੀ ਉਹਨਾਂ ਨੇ ਮਾਰਤਾ ਉਹਨੂੰ। ਅੱਜ ਤੋਂ 2-3 ਮਹੀਨੇ ਪਹਿਲਾਂ ਉਹ ਥੋੜ੍ਹੀ ਥੋੜ੍ਹੀ ਗੱਲ ਕਰਦਾ ਸੀਗਾ, ਕਹਿੰਦਾ ਮੈਨੂੰ ਪਰੇਸ਼ਾਨ ਕਰਦੇ ਨੇ ਰਾਣੀ, ਮੈਨੂੰ ਪਰੇਸ਼ਾਨ ਕਰਦੇ ਨੇ। ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ, ਥੋੜ੍ਹੀ ਮੋਟੀ ਗੱਲ ਤਾਂ ਹੁੰਦੀ ਰਹਿੰਦੀ ਹੈਗੀ ਆਮ ਜੁੰਟਾਂ 'ਚ। ਪਰ ਹੁਣ ਤਾਂ ਪਰਸੋਂ ਚੌਥੇ ਉਹਨੇ ਸੁਸਾਈਡ ਵੋਇਸ ਮੈਸੇਜ ਕਰਕੇ ਉਹਨੇ ਭੇਜਤਾ ਸੀ, ਕਹਿੰਦਾ ਇਹਨਾਂ ਨੂੰ ਛੱਡਿਓ ਨਾ। ਕਹਿੰਦਾ ਇਹਨਾਂ ਨੇ ਮੈਨੂੰ ਪਰਸੋਂ ਫੋਨ ਕਰਿਆ, ਕਹਿੰਦਾ ਰਾਣੀ ਤੜਕੇ ਉੱਠ ਕੇ, ਕਹਿੰਦਾ ਰਾਣੀ ਮਗਰ ਰਾਤ, ਕਹਿੰਦਾ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ। ਕਹਿੰਦਾ ਮੈਂ ਕਿਉਂ ਕਾਹਤੋਂ ਮਾਰ ਦੇਣਾ ਸੀ? ਕਹਿੰਦਾ ਸਾਰੀ ਰਾਤ, ਕਹਿੰਦਾ ਮੇਰੇ ਪਿੱਛੇ ਪਿੱਛੇ ਫਿਰੀ ਗਏ, ਕਹਿੰਦਾ ਕਹਿੰਦਾ 9 ਰੀ, ਕਹਿੰਦਾ ਉਹਨਾਂ ਨੇ ਮੈਨੂੰ 9 ਲਗਾਏ ਨੇ, ਉਹਨਾਂ ਨੇ ਸਾਰਿਆਂ ਦੇ 9 ਲਗਾਏ ਨੇ ਮੈਨੂੰ। ਕਰਦੇ ਹੋ ਤੁਸੀਂ? ਮੈਂ ਤਾਂ ਮੰਗ ਇਹੀ ਕਰਦੀ ਹਾਂ ਵੀ ਜਿਵੇਂ ਮੇਰੇ ਘਰ ਵਾਲੇ ਨਾਲ ਬਣਿਆ ਨਾ, ਉਵੇਂ ਉਹਨਾਂ ਨਾਲ ਬਣੇ, ਉਹਨਾਂ ਦੇ ਧੀਆਂ ਪੁੱਤਾਂ ਨੂੰ ਪਤਾ ਲੱਗੇ ਵੀ ਸਾਡੇ ਮਾਂ ਬਾਪ ਉੱਥੇ ਡਿਊਟੀ ਨਹੀਂ ਕਰਦੇ, ਲੋਕਾਂ ਦੇ ਘਰ ਜਾੜ ਰਹੇ ਨੇ ਬੈਠ ਕੇ, ਉਹਨਾਂ ਦੇ ਧੀਆਂ ਪੁੱਤਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇ ਵੀ ਸਾਡੇ ਮਾਂ ਬਾਪ ਉੱਥੇ ਕੋਈ ਚੰਗੀ ਗੱਲ ਨਹੀਂ ਕਰਦੇ, ਸਾਡੇ ਬਾਪ ਨੇ ਕਿਸੇ ਦਾ ਘਰ ਜਾੜਤਾ, ਪਤਾ ਲੱਗੇ ਉਹਨਾਂ ਨੂੰ ਉਹਦੇ ਪੁੱਤਾਂ ਧੀਆਂ ਨੂੰ ਇਹ ਗੱਲ ਦਾ, ਔਰ ਮੈਨੂੰ ਇਨਸਾਫ ਮਿਲੇ ਇਸ ਚੀਜ਼ ਤੋਂ, ਮੇਰਾ ਨਾਮ ਮਹਿੰਦਰ ਸਿੰਘ ਹੈ। ਇਹ ਘਟਨਾ ਵਾਪਰੀ ਹੈ ਜੀ, ਉਹ ਇਹਨੂੰ ਤੰਗ 2-3 ਮਹੀਨਿਆਂ ਤੋਂ ਕਰਦੇ ਨੇ। ਇੱਕ ਤਾਂ ਬਲਜੀਤ ਸਿੰਘ ਨੂੰ। ਬਲਜੀਤ ਸਿੰਘ ਕੌਣ ਨੇ? ਮੇਰਾ ਮੁੰਡਾ ਹੈ ਜੀ, ਬਲਜੀਤ ਸਿੰਘ, ਫੌਜੀ ਹੈ ਜੀ, ਉਹਦੀ ਡਿਊਟੀ ਦਿੱਲੀ ਹੈ ਜੀ।
हाँ जी उहदी ड्यूटी दिल्ली है जी। वो कहिंदा मैनूं तंग करदे ने जे मैं कित्ते जांदा रोटी लैण तां वी मेरी फोटो खिंचदे ने जे मैं देखी किधरे भी जावा मेरे मगर लगे हुए ने भी मिलटरी वाले बंदे मिलटरी आ वो भी उहदे नाल ही थे वो भी उहनां दे नौ हैगे जी इक टीके नाथ रणजीत सिंह नरेश कुमार अमेश यादव मेन तंग कर रहे ने दो तीन महीनिया दे भी हुण तां ज्यादा तंग करदे ने हुण बेसाबे कत्ती तरीक नूं जी उहनूं बस मैनू तो ए लगता है वह गल घुटे जी इन्होंने सानू फोन मेरे पोते मैं तो गुरद्वारा साहब गया हो तड़के 6 बजे अरदास करा रहा थी वो नौते चल जी उन्होंने फोन आया भी वो डे ओ हो गया अटैक हो गया उन्होंने ये गल कही सानू तो ए भी उन्होंने गल घुटे जी निशान नहीं थी हां मुंह ए सुजा जा पिया थी बस भी ए बाहर निकलिया होया ये गल थी ਸਾਨੂੰ ਤਾਂ ਉੱਥੇ ਜਿਹਾ ਫੌਜੀ ਸਾਹਿਬ ਉਹ ਇਹ ਮਿਲੇ ਨੇ ਅਸੀਂ ਤਾਂ ਉੱਥੇ ਰੂਮ ਦੀ ਬਾਹਰ ਬੈਠੇ ਹਾਂ ਜੀ ਕਰਕੇ ਆਏ ਨੇ ਪੋਸਟਮਾਰਟਮ ਸਟੇਟਮੈਂਟ ਕੀ ਆ ਤੁਹਾਡੇ ਉੱਤੇ ਕੀ ਤੁਸੀਂ ਬਿਆਨ ਕੀ ਦਿੱਤੇ ਨੇ ਉਹਨਾਂ ਦੀ ਵਾਈਫ ਨੇ ਉਹ ਵੀ ਆਹੀ ਹੈ ਜੀ ਵੀ ਆਹੀ ਬਿਆਨ ਦਿੱਤੇ ਨੇ ਵੀ ਸਾਡਾ ਮੁੰਡਾ ਇੱਥੇ ਨੌਕਰੀ ਕਰਦਾ ਸੀ ਇਹ ਇਹਨਾਂ ਨੇ ਮਾਰਤਾ ਜੀ ਗਲ ਘੁੱਟ ਕੇ ਮਾਰਤਾ ਬਸ ਇਹ ਜਾਨ ਹਾਂ ਜੀ ਕੀ ਮੰਗ ਕਰਦੇ ਹੋ ਤੁਸੀਂ ਹੈ ਜੀ ਅਸੀਂ ਤਾਂ ਕਹਿੰਦੇ ਮੈਨੂੰ ਸਾਫ ਹੋਣਾ ਚਾਹੀਦਾ ਵੀ ਸਾਡਾ ਮੁੰਡਾ ਮਾਰਿਆ ਹੀ ਨਹੀਂ ਹੈ ਇਹਨਾਂ ਨੂੰ ਜ਼ਿਆਦਾ ਸਜ਼ਾ ਹੋਵੇ ਹਾਂਜੀ ਬਾਬਾ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਿਆਨ ਕੌਰ ਜੀ ਅੱਛਾ ਜੀ ਕੀ ਹੋਇਆ ਮੇਰਾ ਬੱਚਾ ਫੌਜ ਵਿੱਚ ਸੀ ਦਿੱਲੀ ਡਿਊਟੀ ਸੀ ਉਹ ਮੇਰੇ ਬੱਚੇ ਨਾਲ ਜੀ ਕਲੇਸ ਹੋਣ ਲੱਗ ਗਿਆ ਜਿਹੜੇ ਉੱਥੇ ਹੈਗੇ ਤੇ ਬੰਦੇ ਰੱਖੇ ਹੋਏ ਮੈਨੂੰ ਰੋਜ਼ ਫੋਨ ਕਰਿਆ ਕਰੇ ਮੇਰਾ ਬੱਚਾ ਮੈਨੂੰ ਕਹਿਦਿਆ ਕਰੇ ਬੀਬੀ ਮੇਰੇ ਮਗਰ ਲੱਗ ਰਹੇ ਨੇ ਮੰਮਿਆ ਮੇਰੇ ਮਗਰ ਲੱਗ ਰਹੇ ਨੇ ਤੂੰ ਆਏ ਤਾਂ ਦੇਖ ਲਾ ਮੈਂ ਆਖਿਆ ਕਰਾਂ ਕੋਈ ਨਹੀਂ ਹਟ ਜਾਣਗੇ ਤੂੰ ਅਫਸਰ ਦੇ ਫੇਸ ਹੋ ਜਾ ਅਫਸਰ ਦੇ ਉਹ ਨਹੀਂ ਫੇਸ ਹੋਇਆ ਉਹ ਫਿਰ ਮੈਂ ਕਿਹਾ ਉਹਨੂੰ ਵੀ ਤੂੰ ਆਪਦਾ ਤੂੰ ਪਾਸਾ ਵੱਟ ਲਾ ਪਾਸਾ ਵੀ ਮੈਂ ਆਖਿਆ ਛੁੱਟੀ ਆ ਜਾ ਛੁੱਟੀ 3 ਤਰੀਕ ਦੀ ਪੜ੍ਹਾਈ ਹੋਈ ਆ ਜਾ ਕੇ ਦੇਖ ਲਓ 3 ਤਰੀਕ ਨੂੰ ਮੇਰੇ ਪੁੱਤ ਨੇ ਛੁੱਟੀ ਆਉਣਾ ਸੀ ਮੇਰੇ ਪੁੱਤ ਨੂੰ 3 ਤਰੀਕ ਤੋਂ ਪਹਿਲੀ ਭੇਜਤਾ ਇਹ ਸੀ ਹੁਣ ਤੱਕ ਦੀ ਅਪਡੇਟ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ मोटापे तो परेशान होने की जरूरत नहीं वजन घटाओ ते खुश हो जाओ फ्री लीफ पावर मर्दाना कमजोरी नू खत्म करता है ते नरक भरी जिंदगी विच लियांदा है रौनक फ्री लीफ पावर कबज तो परेशान होने की हुण जरूरत नहीं है कबज तो छुटकारा पाउण लई आ गया कबज हर चूरन नू अपनाओ ते कब्ज़ तो छुटकारा पाओ हुण तक लखां मरीज लै चुके ने फायदा वधेरे जानकारी लई तुसी संपर्क कर सकते हो 94784 84087
नंबर एक बार फिर तुसी नोट कर सकते हो 9478484087।